30,000 ਦਾ ਖਰਚਾ ਹੋ ਗਿਆ ਯਾਰ। ਹਾਂਜੀ ਓਕੇ, ਕਹਿੰਦੇ ਚਲਾਨ ਆ ਜੀ 5,000 ਰੁਪਏ ਦਾ ਟਾਇਰ ਗੱਡੀ ਦੇ ਬਾਹਰ ਆ। ਹੁਣ ਮੈਂ ਸੈਵੀ ਨੂੰ ਪੁਲਿਸ ਵਾਲਿਆਂ ਕੋਲ ਖੜਾ ਕੇ ਆਇਆ। 5,000 ਹੈ ਕਹਿੰਦਾ, ਜੋ ਤੁਹਾਡਾ ਜੀ ਕਰਦਾ ਸਾਡਾ ਰਾਸ਼ਨ ਖਰੀਦਿਆ ਤੇਰੇ ਤੋਂ। ਥੋੜੀ ਜਿਹੀ ਟੈਨਸ਼ਨ ਪੁਲਿਸ ਵਾਲਿਆਂ ਨੇ ਪਾਤੀ ਸੀਗੀ, ਤਾਂ ਨੀ ਰੋਟੀ ਅੰਦਰ ਲੰਘੀ। ਹਾਂਜੀ ਗੁੱਡ ਮਾਰਨਿੰਗ ਮਿੱਤਰੋ, ਕੀ ਹਾਲ ਚਾਲ ਆ ਜੀ। ਉਮੀਦ ਕਰਦਾ ਸਾਰੇ ਵਧੀਆ ਹੋਗੇ, ਤੁਹਾਡਾ ਭਰਾ ਠੀਕ ਹੈ। ਪਹਿਲਾਂ ਤਾਂ ਸਭ ਤੋਂ ਆਫੀ ਚਾਹੁੰਦਾ, ਕਿਉਂਕਿ 4-5 ਦਿਨ ਹੋ ਗਏ ਵਲੋਗ ਨਹੀਂ ਪਾਇਆ ਹੈਗਾ, ਤੇ ਤੁਹਾਡੇ ਸਨੈਪਚੈਟ ਤੇ ਮੈਸੇਜ ਦੇ ਕੇ ਇੰਨਾ ਦਿਲ ਕੀਤਾ ਨਾ ਵਲੋਗ ਬਣਾਉਣ ਤੇ, ਫਿਰ ਮੈਂ ਕਿਹਾ ਕੋਈ ਹੋਰ ਤਾਂ ਕੰਮ ਸੁੱਝਿਆ ਨਹੀਂ, ਅੱਜ ਇੱਕ ਵਲੋਗ ਬਣਾਈਏ ਆਪਣਾ। ਅੱਜ ਹੈਗਾ ਸੈਵੀ ਜੋੜਨ ਦਾ ਪੋਡਕਾਸਟ। ਸੈਵੀ ਜੋੜਨ ਜੀ ਨੂੰ ਪਹਿਲਾਂ ਮੇਰਾ ਇੱਕ ਸਵਾਲ ਆ, ਸੈਵੀ ਤੁਸੀਂ ਨੇ ਫੁੱਦੂ ਖਾਦੇ ਆ? ਤੇ ਯਾਰ ਦੋਸਤ, ਫੁੱਦੂ ਨੇ ਮੈਂ ਇਹਦੇ ਤਾਂ ਫਰਕ ਪੈਣਾ ਹੀ ਆ। ਵਲੋਗ ਬਣਾਉਣ ਨੂੰ ਕੋਈ ਆਪਾਂ ਨੂੰ ਲੱਭਿਆ ਨੀ ਸੀਨ, ਤੇ ਗਰਮੀ ਤੁਹਾਨੂੰ ਪਤਾ ਮਿੱਤਰੋ ਬਹੁਤ ਜ਼ਿਆਦਾ ਹੋ ਗਈ ਆ, ਤੇ ਇੰਨੀ ਗਰਮੀ ਦੇ ਵਿੱਚ ਵਲੋਗ ਬਣਾਉਣ ਨੂੰ ਦਿਲ ਜਮਾ ਨੀ ਕਰਦਾ। ਤੂੰ ਸ਼ੀਨੂ ਵੀ ਘਰੇ ਚੱਲ ਗਿਆ, ਨਹੀਂ ਤਾਂ ਸ਼ੀਨੂ ਨੂੰ ਫੋਨ ਫੜਾ ਦਿੰਦਾ ਕਈ ਵਾਰ ਕਿ ਚੱਲ ਅੱਜ ਤੂੰ ਬਣਾ ਲਾ, ਫਿਰ ਇਕੱਲਾ ਬੰਦਾ ਹੁਣ ਕੀ ਕੁਛ ਕਰ ਸਕਦਾ ਹੈ ਨਾ। ਤੇ ਸਪੈਸ਼ਲ ਹੁਣ ਚੱਲੇ ਹਾਂ, ਹੋਰ ਤਾਂ ਕੋਈ ਕੰਮ ਸੁੱਝਿਆ ਨਹੀਂ। ਗੱਡੀ ਦੀ ਕੋਟਿੰਗ ਕਰਾਈ ਹੈ ਮੈਂ ਕਿਹਾ, ਜਾ ਕੇ ਪੈਸੇ ਉਹਨਾਂ ਨੂੰ ਦਿੱਤੇ ਹੋਏ ਆ 5 ਸਾਲਾਂ ਦੇ, ਤੇ ਉਹਨਾਂ ਤੋਂ ਵੀ ਤੁਹਾਨੂੰ ਵੱਡੀ ਗੱਲ ਦੱਸਦਾ, ਟਾਈਮ ਲਿਆ ਸੀਗਾ ਆਪਾਂ ਸਵੇਰੇ 10 ਵਜੇ ਦਾ, 10 ਵਜੇ ਦਾ ਟਾਈਮ ਲਿਆ ਸੀਗਾ ਆਪਾਂ ਉਹਨਾਂ ਤੋਂ ਕਿ ਗੱਡੀ ਭਾਜੀ ਸਵੇਰੇ 10 ਵਜੇ ਆ ਜਾਵਾਂਗੇ ਆਪਾਂ। ਤੇ ਜਦੋਂ ਨੀਂਦ ਆਈ ਨਹੀਂ, ਤੁਹਾਨੂੰ ਪਤਾ ਹੀ ਹੈ ਜਿਹੜੇ ਭਰਾ ਸਨੈਪਚੈਟਾਂ 'ਤੇ ਦੇਖਦੇ ਹੋਣੇ, ਇਹਨਾਂ ਨੂੰ ਪਤਾ ਹੀ ਹੈ ਕਿ ਆਪਾਂ ਕਿੰਨੇ ਕੁ ਵਜੇ ਸੁੱਤੇ ਹਾਂ। ਸਾਰੀ ਰਾਤ ਮੈਂ ਕਿਹਾ ਚੱਲ 10 ਵਜੇ ਤੱਕ ਆਪਾਂ 9 ਵਜੇ ਤੱਕ ਜਾਗਦੇ ਰਹਾਂਗੇ, ਤੇ 9 ਵਜੇ ਤੋਂ ਬਾਅਦ ਆਪਾਂ ਸਿੱਧਾ ਉੱਠ ਕੇ ਉੱਧਰ ਨੂੰ ਚੱਲ ਜਾਂਗੇ, ਘੰਟਾ ਕੁ ਰੈਸਟ ਉੱਥੇ ਆ ਕੇ ਕਰ ਲਾਂਗੇ ਤੇ ਲਾਂਟੇ ਘੁੰਮ ਫਿਰ ਲਾਂਗੇ। ਤੇ ਜਿੱਦਾਂ ਹੀ ਭਾਜੀ ਟਾਈਮ ਹੋਇਆ ਤੇ ਨੀਂਦ ਆ ਗਈ ਯਾਰ ਨੂੰ, ਯਾਰ ਹੁਣੀ ਫਿਰ ਹੁਣ ਉੱਠੇ ਆ 3:30-4 ਵਜੇ ਤੇ ਹੁਣ ਚੱਲੇ ਆ, ਤੇ ਜਾ ਕੇ ਹੁਣ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਵਲੋਗ ਸਫਲ ਹੋਣਾ ਕਿ ਨਹੀਂ ਹੋਣਾ, ਕੋਟਿੰਗ ਉਹਨਾਂ ਨੇ ਕਰਨੀ ਕਿ ਨਹੀਂ ਕਰਨੀ। ਸੈਵੀ ਜੋੜਨ ਨੂੰ ਮੈਂ ਲੈ ਕੇ ਚੱਲਾਂ ਆ, ਇਹਨੂੰ ਲੈ ਕੇ ਚੱਲਾਂ ਕਿ ਇਹ ਬੰਦੇ ਮਿਹਨਤ ਮੁਹਨਤ ਕਰਨ, ਉੱਥੇ ਥੋੜ੍ਹੀ ਬਹੁਤੀ ਉਹਨਾਂ ਦੀ, ਇਹਨਾਂ ਨੂੰ ਥੋੜ੍ਹੇ ਜਿਹੇ ਮੇਰੇ ਨਾਲੋਂ ਜ਼ਿਆਦਾ ਬਹਾਨੇ ਲਾਉਣੇ ਹੁੰਦੇ ਆ ਦੋਨਾਂ ਜਣਿਆਂ ਨੂੰ, ਤੇ ਇਹ ਉੱਥੇ ਜਾ ਕੇ ਬਹਾਨੇ ਲਾਉਣਗੇ। ਜੇ ਸਾਢੇ 9 ਵਜੇ ਉੱਠ ਕੇ ਆਪ ਕਹਿੰਦਾ ਸੋ ਜਾ ਜੀ, ਜੇ ਉਠਾਇਆ ਸਵੇਰੇ 9:30 ਵਜੇ ਇਹਨੂੰ ਕਹਿੰਦਾ ਉੱਠ, ਕਿੰਨਾ ਟਾਈਮ ਹੋਇਆ? 9:30 ਪੈ ਜਾ। ਉਹ ਯਾਰ ਮੈਂ ਸੋਚਿਆ ਸੀ ਕਿ ਮੈਂ 11 ਵਜੇ ਜਾਊਂਗਾ, ਤੁਹਾਨੂੰ ਉਦਾਂ ਕਹਿਤਾ ਹੀ ਨਾ, ਮੈਨੂੰ ਤਾਂ ਦੱਸ ਦਿੰਦਾ, ਮੈਂ ਤੈਨੂੰ 11 ਵਜੇ ਉਠਾ ਦਿੰਦਾ, 2 ਵਜੇ ਕਿਹੜਾ ਸਮਾਂ ਹੋਇਆ ਉੱਠ ਕੇ ਜਾਣ ਦਾ। ਚਲੋ ਕੋਈ ਨਾ, ਹੁਣ ਉੱਥੇ ਜਾ ਕੇ ਦੇਖਦੇ ਆ, ਨਹੀਂ ਸਫਲ ਹੋਇਆ ਵਲੋਗ ਆਪਣਾ, ਜੇ ਕੋਟਿੰਗ ਨਾ ਹੋਈ ਮਿੱਤਰੋ ਫਿਰ ਚੰਡੀਗੜ੍ਹ ਦਾ ਘੁੰਮਾਂਗੇ, ਰੌਣਕ ਦੇਖਾਂਗੇ ਚੰਡੀਗੜ੍ਹ ਦੀ, ਲਾਂਟੇ ਮੋਲ ਘੁੰਮਾਂਗੇ। ਚਲੋ ਮਿੱਤਰੋ ਮਿਲਦੇ ਆ, ਹੁਣ ਗੱਡੀ ਚਲਾ ਲਵਾਂ, ਫਿਰ ਆਪਾਂ ਨਾਲੇ ਕੁਛ ਖਾਣਾ ਪੀਣਾ, ਕਿਉਂਕਿ ਅੱਜ ਸੈਵੀ ਨੇ ਖਵਾਉਣਾ ਤੁਹਾਨੂੰ ਬਹੁਤ ਕੁਛ। ਕੁਲਚੇ ਬੜੇ ਸਵਾਦ ਹੁੰਦਾ ਏ? ਨਹੀਂ ਨਹੀਂ ਤੂੰ ਖਾ, ਫਿਰ ਇਹ ਤੂੰ ਖਵਾ ਦੇ ਜੇ ਸਵਾਦ ਹੁਣ ਹੁੰਦਾ। ਖਵਾ ਦਿੰਦਾ ਜਾਨ, ਚੱਲ ਫਿਰ ਉੱਥੇ ਨਾਨ ਖਵਾ ਦੀ, ਹੁਣ ਨਹੀਂ ਬੋਲਿਆ ਸਾਲਾ ਕਾਲਾ। ਤੇ ਚਲੋ ਮਿੱਤਰੋ ਮਿਲਦੇ ਆ, ਤੇ ਫਿਰ ਦੇਖਦੇ ਆ ਅੱਗੇ ਅੱਜ ਕੀ ਹੁੰਦਾ, ਜੁੜੇ ਰਹੋ ਵਲੌਗ ਦੇ ਨਾਲ ਮਿੱਤਰੋ। ਲੋ ਮਿੱਤਰੋ, ਕਹਿੰਦੇ ਸੈਂਟਰਾ ਮੋਲ ਆ ਗਿਆ, ਜਿਹੜਾ ਲਾਂਟੇ ਤੋਂ ਪਹਿਲਾਂ ਚੱਲਦਾ ਹੁੰਦਾ ਸੀ। ਸਹੀ ਗੱਲ ਆ, ਪਿੱਛੋਂ ਆਵਾਜ਼ ਕਰਾ ਦਿਆ ਕਰੋ ਦੁਕਾਨ। ਯੈਸ ਸਰ, ਠੀਕ ਆ। ਤੇ ਬਸ ਇੱਥੋਂ ਥੋੜੀ ਦੂਰੀ ਤੇ ਆਪਣਾ ਕੋਟਿੰਗ ਵਾਲਾ ਆ, ਹੁਣ ਤਾਂ ਮੈਨੂੰ ਐ ਬੰਦਾ ਮੰਨੂਗੇ ਨਹੀਂ, ਪਰ ਮਨਾ ਲੈਣਾ ਆਪਾਂ। 3:30 ਹੋ ਗਏ, 4 ਵਜੇ ਤੱਕ ਮੰਨ ਜੂ, ਪੱਕੀ ਗੱਲ ਆ। ਮੈਨੂੰ ਲੱਗਦਾ ਨੇ ਮੰਨਣਾ ਹੀ ਨਹੀਂ, ਉਹਨੇ ਕਿਹੜਾ ਭਾਜੀ ਤੁਸੀਂ ਟਾਈਮ ਹੀ ਬਹੁਤ ਲਾਤਾ, ਸਵੇਰੇ 10 ਵਜੇ ਦਾ ਤੁਹਾਨੂੰ ਟਾਈਮ ਦਿੱਤਾ ਸੀਗਾ, ਕੱਲੂ ਆ ਜਾਓ ਹੁਣ, ਕੱਲੂ ਫੇਰ ਨਾ ਕਿਹੜਾ ਪੈ ਜਾਵੇ। ਆ ਰਸਤਾ ਲਾਂਟੇ ਨੂੰ ਚੱਲ ਗਿਆ ਨਾ, ਫੇਰ ਆਪਾਂ ਅੱਗੇ ਮੁੜਨਾ। ਸਾਰੀਆਂ ਹੋਣੀਆਂ ਸੈਵੀ ਨੇ ਆਪਾਂ ਨੂੰ।
ਪਹੁੰਚ ਚੁੱਕੇ ਆ ਆਪਾਂ, ਗੱਡੀਆਂ ਦਾ ਸਾਲੇ ਉਹ ਬੋਹ ਲੱਗੀਆਂ ਆ, ਮੈਨੂੰ ਨੀ ਲੱਗਦਾ ਉਹਨੇ ਕਰਨੀ ਆ, ਚੈੱਕ ਕਰਕੇ ਨੀ ਆ ਗੱਡੀਆਂ ਖੜੀਆਂ। ਚੱਲ ਤੂੰ ਜਾ ਜਾ, ਮੈਂ ਕਹਿੰਦਾ ਮੈਂ ਨਾ ਭਾਜੀ ਉਹ ਅੰਦਰ ਵੀ ਲੱਗੀਆਂ ਦੋ ਤਿੰਨ ਗੱਡੀਆਂ ਬਾਬਾ, ਕਿੱਥੇ ਅੱਗੇ ਅੱਗੇ ਗੱਡੀ ਵਾਲਾ ਪਿਆ ਕਰ ਰਿਹਾ। ਓ ਯਾਰ ਇਦਾਂ ਆਪਾਂ ਨੂੰ ਕਹਿ ਦਾਂਗੇ ਭਾਜੀ ਕਿ ਰਾਤਾ ਕਰਦੀ ਰਾਤਾ ਕਰਦੀ, ਹਾਂ ਕਰਾ ਕੇ ਤਾਂ ਆਪਾਂ ਜਾਣੀ ਆ ਬਾਬਾ, ਜੋ ਮਰਜ਼ੀ ਹੋਵੇ ਹੁਣ। ਤੁਹਾਨੂੰ ਤਾਂ ਭਾਜੀ ਰੋਜ਼ ਨਹੀਂ ਗੇੜੇ ਲੱਗਣੇ, ਮੈਂ ਪਿੰਡੋਂ ਹੀ। ਉਹਨੂੰ ਕਹਿਣਾ ਭਾਜੀ ਵਲੌਗ ਬਣਦਾ ਪਿਆ, ਹਾਂ ਕਿ ਆਪਾਂ ਸਪੈਸ਼ਲ ਕਰਾਉਣੀ ਆਏ ਆ। ਕਿਉਂਕਿ ਭਾਈ ਤੂੰ ਸਵੇਰੇ ਕਿੰਨੇ ਵਜੇ ਗੱਡੀ ਲਾ ਕੇ ਹੁਣ ਤੇਰਾ ਕੀ ਚੱਲਦਾ ਪਿਆ, ਆਪ ਇਹ ਚੀਜ਼ ਦੇਖੀ ਜਾਂਦਾ। ਹਾਂਜੀ ਕੀ ਕਰੀਏ ਫਿਰ, ਹੈਂ ਕੀ ਕਰਨਾ ਹੁਣ, ਭਾਈ ਤਾਂ ਮਨਾ ਕਰ ਗਏ। ਪਾਣੀ ਪਿਲਾ ਦੇ ਯਾਰ, ਪਾਣੀ ਕਹਿੰਦਾ ਪਾਣੀ ਪੀ ਤੇ ਕਰੋ, ਮੈਨੂੰ ਪਤਾ ਸੀ ਮਾੜੀ ਹੋਣੀ ਆ ਆਪਣੇ ਨਾਲ, ਕਿਉਂਕਿ ਟਾਈਮ ਜਿਹੜਾ ਸੀ ਭਾਈ ਉਹ 10 ਵਜੇ ਦਿੱਤਾ ਹੋਇਆ ਸੀ ਉਹਨਾਂ ਨੇ, ਤੇ ਆਪਾਂ 3 ਵਜੇ ਆ ਤੇ ਭਾਈ ਉਹਨਾਂ ਕੋਲ ਗੱਡੀਆਂ ਹੀ ਬਹੁਤ ਖੜੀਆਂ ਆ, ਹੁਣ ਬੰਦਾ ਕਰੇਗੀ। ਸਵੇਰੇ ਕਿੰਨੇ ਕੁ ਵਜੇ ਆਈਏ ਫਿਰ ਕੱਲ ਨੂੰ? ਗਿਆਰਾਂ ਸਾਢੇ ਗਿਆਰਾਂ ਹੋ ਸਕਦੇ ਆ, ਹਾਂਜੀ ਫਿਰ ਹੁਣ ਲਾਂਟੇ ਘੁੰਮ ਕੇ ਚੱਲੀਏ। ਚਲੋ ਪਾਣੀ ਪਿਲਾ ਦੋ ਭਾਜੀ ਯਾਰ, ਹੁਣ ਦੱਸੋ ਮੇਰਾ ਭਰਾ ਕੀ ਕੀਤਾ ਜਾਵੇ, ਗੱਡੀ ਦੀ ਕੋਡਿੰਗ ਤਾਂ ਹੋਈ ਨਹੀਂ। ਲੋ ਐਸ਼ ਕਰੋ, ਨਜ਼ਾਰੇ ਲੋ ਜ਼ਿੰਦਗੀ ਦੇ ਵਿੱਚ ਆਏ ਹੋ। ਹਾਂ ਚੱਲ ਫਿਰ ਘੁੰਮਣ ਫਿਰਨ ਲਈ ਐ ਕਰ, ਕੁਝ ਖਵਾ ਦੇ ਪਹਿਲਾਂ ਸਭ ਤੋਂ। ਸ਼ਬੀਲ ਪੀ ਲੋ, ਚੱਕੇ ਗਏ ਭਾਂਡੇ ਭਰਾਵਾ, 3-4 ਵਜੇ ਆਣਾ ਸ਼ਬੀਲ ਕਿੱਥੇ ਲੱਗਣਾ। ਲਾਂਟੇ ਚੱਲਦੇ ਆ ਯਾਰ, ਲਾਂਟੇ ਯਾਰ ਕੀ ਕਰਨਾ ਹੁਣ ਜਾ ਕੇ, ਫਿਲਮ ਦੇਖੀਏ। ਫਿਲਮ ਦਿਖਾਉਂਗਾ, ਦਿਖਾਉਂਗਾ ਤੂੰ ਹੀ ਕਿਹਾ ਸੀ ਅੱਜ ਤੇਰੀ ਸਨੈਪਚੈਟ ਸੇਵ ਕੀਤੀ ਹੋਈ ਆ ਮੈਂ। ਲੋ ਵੀ ਬਾਬਿਓ ਤੇ ਲਾਂਟੇ ਦੀ ਕਹਿੰਦੇ ਪਾਰਕਿੰਗ ਚ ਐਂਟਰੀ ਕਰ ਲਈ ਆ, ਤੇ ਹੁਣ ਇੱਥੇ ਨਮਸਕਾਰ ਭਈਆ ਜੀ, ਨਮਸਕਾਰ ਕਹਾਂ, ਕੁਛ ਨਹੀਂ ਹੈ ਇਸ ਗਾੜੀ ਮੈਂ, ਖਾਲੀ ਹੈ ਜੀ ਗਾੜੀ, ਚੈੱਕ ਕਰ ਲਾਂਗਾ। ਹਾਂ ਚੈੱਕ ਕਰ ਲਾ ਭਰਾਵਾ ਤੂੰ। ਤੇ ਲੋ ਮਿੱਤਰੋ ਆਪਾਂ ਹੁਣ ਇਹ ਤੋਂ ਬਾਅਦ ਘੁੰਮੀਏ ਫਿਰੀਏ ਅੰਦਰ, ਖਾਈਏ ਪੀਏ ਕੁਛ, ਬਹੁਤ ਟਾਈਮ ਬਾਅਦ ਕਹਿੰਦੇ ਜਿਹਨੂੰ ਮੋਲ ਆਏ ਹਾਂ ਬਹੁਤ ਟਾਈਮ ਬਾਅਦ। ਇੱਥੋਂ ਕਹਿੰਦੇ ਪਰਚੀ ਕੱਢ ਕੇ ਆਹ ਚੱਕ ਪਰੌਂਠਾ, ਹੁਣ ਐਂ ਨਾ ਕਹੀਓ ਕੁਛ ਮੰਗਾਇਆ ਨਹੀਂ ਖਾਣ ਨੂੰ, ਖਾ ਕੇ ਸਾਈਡ 'ਤੇ ਰੱਖਤਾ ਸਭ ਕੁਛ। ਸਿਕੰਦਰ ਦਾਲ ਆਉਂਦਾ ਪਿਆ ਕਿਤੇ ਸਾਲਾ, ਉਹ ਇੱਕ ਪੀਸ ਮਨਚੂਰੀਅਨ ਦਾ ਵਿਆਹ ਵਿੱਚ ਕਿਤੇ ਖਾ ਹੀ ਲਵਾਂ, ਇੱਧਰੋਂ ਉੱਧਰੋਂ ਹੱਥੋਂ ਤਮਾਰ ਹੀ ਲਵਾਂ। ਚਾਏ ਵਾਲਾ ਉਹੀ ਗੱਲਾਂ ਕਰਦੀਆਂ ਨਾ, ਚੱਲ ਤਾਂ ਗਿਆ, ਇਹਨੂੰ ਪਤਾ ਲੱਗਾ ਵੀ ਜਦੋਂ 70 ਦੀ ਚਾਹ ਹੈ। ਉਹੀ ਗੱਲਾਂ ਕਰਦੇ ਨਾ, ਲਾਂਟੇ ਜਾ ਕੇ ਵੀ ਚਾਹ ਲਾ ਵਾਲੀ ਸਾਲੇ, ਇਹਨੂੰ ਪਤਾ ਲੱਗਾ ਜਦੋਂ 70 ਦੀ ਚਾਹ ਲੈਚੀ ਵਾਲੀ, ਤੇ ਮੁੜਨ ਲੱਗਾ ਸੀਗਾ ਦੇਖ ਲੈ। ਮੇਰੀ ਗੱਲ ਸੁਣ, ਦਿਲ ਕਰੀ ਜਾਂਦਾ ਇੱਕ ਪੀਸ ਖਾਣ ਤੇ, ਦੱਸ ਵੇ ਚੱਕ ਲਈਏ, ਚੱਕ ਲਈਏ ਇੱਕੋ ਹੀ ਲੈ, ਨਾਲੇ ਦੋ ਥਾਲੀਆਂ ਚਾਹ ਦੇ ਲੈ ਇੱਕੋ ਹੀ ਆ। ਉਰੇ ਆ ਮੇਰੀ ਗੱਲ ਸੁਣ, ਇੱਕ ਪੀਸ ਪਿਆ ਮਨਚੂਰੀਅਨ ਦਾ, ਚਾਹ ਕਿੰਨੇ ਦੀ ਆ? 240 ਦੀ, ਕੋਈ ਚੱਕਰ ਨਹੀਂ। ਮੇਰੀ ਗੱਲ ਸੁਣ, ਇੱਕ ਪੀਸ ਪਿਆ ਮਨਚੂਰੀਅਨ ਦਾ, ਚੱਲ ਹੁਣ ਦੇਖਦਾ ਵੀ ਚੱਕ ਲਾ ਮੇਰਾ ਭਰਾ, ਬਾਬੇ ਮੈਂ ਦੱਸ ਮਨਚੂਰੀਅਨ ਚੱਕਣਾ। ਆ ਦੇਖ ਲੋ ਬਾਈ, 240 ਵਾਲੀ ਚਾਹ, 10 ਰੁਪਏ ਵਾਲੀ ਚਾਹ ਤੋਂ ਵੀ ਮਾੜੀ ਆ ਹੈ ਸਾਲੀ, ਚੀਨੀ ਵੀ ਆਪ ਪਾਉਣੀ ਪੈਣੀ ਇਹਦੇ 'ਚ, ਦੇਖ ਲਾ 10 ਵਾਲੀ ਕੱਪ ਜਿਹੜਾ ਮਿਲਦਾ ਉਹਦੇ 'ਚ ਚੀਨੀ ਪਈ ਹੋਈ ਮਿਲਦੀ ਹੈ, ਆਪ ਚੀਨੀ ਵੀ ਆਪ ਪਾਉਣੀ ਪੈਣੀ। ਲਓ ਵੀ ਮਿੱਤਰੋ ਹੁਣ ਪਹਿਲਾਂ ਚਾਹ ਲਵਾ ਲਈਏ, ਕੋਈ ਸਵੇਰੇ ਸਵੇਰੇ ਕੁਛ ਖਾਧਾ ਪੀਤਾ ਨਹੀਂ, ਤੇ ਮੈਂ ਕਿਹਾ ਫਿਰ ਚਾਹ ਪੀਏ। ਅੱਛਾ ਉਹ ਕੀ ਹੁੰਦਾ ਫਿਰ? ਠੀਕ ਹੈ, ਮਿੱਠਾ ਤਾਂ ਆ ਬੈਠਾ ਇੱਧਰ। ਤੇ ਲਓ ਮਿੱਤਰੋ ਚਾਹ ਪੀਏ, ਚਾਹ ਤੋਂ ਬਾਅਦ ਸੈਵੀ ਜੀ ਖਮੋਣਗੇ ਪਲੇਟਰ। ਪਲੇਟਰ ਕੀ ਹੁੰਦਾ? ਸਟਾਰਟਰ, ਸਟਾਰਟਰ ਪਲੇਟਰ, ਕੁਛ ਨਹੀਂ ਪਤਾ ਬਾਬਾ ਤੈਨੂੰ, ਤੈਨੂੰ ਕੁਛ ਨਹੀਂ ਪਤਾ,
ਕਿਆ ਬਾਤ ਹੈ, ਕਿਆ ਬਾਤ ਹੈ, ਆਂਟੀ ਜੀ ਨੂੰ ਵੀ ਪੂਰਾ ਚਸਕਾ ਚੜਿਆ ਗੇਮ ਖੇਡਣ ਦਾ। ਤੇ ਸੈਵੀ ਆਪਾਂ ਪੈਸਿਆਂ ਨੂੰ ਹੀ ਰੋਈ ਜਾਣਾ ਬਸ, ਕਿ ਤੂੰ ਖਰਚ ਲਾ ਤੂੰ ਖਰਚ ਲਾ, ਆਪਾਂ ਨੀ ਸਵਾਲ ਲੈਣੇ ਜਿਨ੍ਹਾਂ ਨੇ ਦੇ ਲਾ ਪੈਸੇ ਖਰਚਣੇ, ਅਗਲੇ ਲਾਈਨਾਂ ਚ ਲਾ ਕੇ ਲੱਗੇ ਆ। ਚੱਕਣ ਦਾ ਹੀ ਕੰਮ ਰੱਖੀ, ਹੋਰ ਕੰਮ ਕੋਈ ਪੈਸੇ ਦੇ ਕੇ ਚੱਕੂਣੀ ਵੀਰ। ਲੈ ਦੱਸ, ਮੈਂ ਕਿਹਾ ਬਾਬਾ ਮੇਲਾ ਲੱਗਿਆ ਪਿਆ ਇੱਥੇ, ਆ ਲਈਏ ਆਪਾਂ ਦੋਨੋਂ ਤਿੰਨੋਂ ਜਾਣੇ, ਘੁੰਮ ਫਿਰ ਕੇ ਫਿਲਮ ਦਾ ਸੋਚਿਆ ਕਿ ਫਿਲਮ ਦੇਖੀਏ, ਤੇ ਫਿਲਮ ਦੇਖ ਲਓ ਬਾਈ ਕੋਈ ਵਧੀਆ ਜੀ ਲੱਗੀ ਨਹੀਂ ਹੈਗੀ, ਤੇ ਇੱਥੋਂ ਵੀ ਮਨ ਉੱਠ ਗਿਆ ਆ। ਅੱਜ ਦਾ ਦਿਨ ਸਾਰਾ ਮੇਰੇ ਲੱਗਦਾ ਸਾਡਾ ਖਰਾਬ ਹੀ ਜਾਣਾ, ਨਾ ਗੱਡੀ ਦਾ ਕੰਮ ਹੋਇਆ, ਨਾ ਮੋਲ ਦੇ ਵਿੱਚ ਕੋਈ ਏਦਾਂ ਦੀ ਚੀਜ਼ ਦੇਖ ਰਹੀ ਜੋ ਆਪਾਂ ਕਰ ਲਈਏ, ਝੂਟੇ ਨਹੀਂ ਆਪਾਂ ਲੈ ਸਕਦੇ, ਫਿਲਮ ਨਹੀਂ ਕੋਈ ਦੇਖ ਸਕਦੇ ਆਪਾਂ ਜੱਜ ਦੀ, ਹੁਣ ਕਿਰਿਆ ਤੇ ਕਰੀਏ ਕੀ। ਕਿੱਦਾਂ ਨਿੱਜਰ ਭਾਜੀ? ਓ ਥੈਂਕ ਯੂ ਭਾਜੀ, ਨਿੱਜਰ ਭਾਜੀ ਕਿੱਦਾਂ ਕਿੱਦਾਂ ਭਾਜੀ, ਓਕੇ ਵਧੀਆ। ਨਿਗਾਹ ਪੈ ਗਈ ਆ ਤੇ ਮੈਂ ਕਿਹਾ ਲੈ ਕੇ ਚੱਲੀਏ, ਤੁਸੀਂ ਖੇਡੀਆਂ ਖੇਡੀਆਂ ਨਾ ਕਰੋ, ਥੱਲੇ ਨੂੰ ਚਲੋ, ਜਿੱਥੇ ਜਾਓ ਖਰਚਾ ਹੋ ਹੀ ਜਾਂਦਾ ਮਾੜਾ ਮੋਟਾ, ਹੁਣ ਨਿਗਾਹ ਪੈ ਗਈ ਉਹਦੇ ਤੇ, ਮੈਂ ਕਿਹਾ ਚਲੋ ਲੀਡ ਲੈ ਹੀ ਚੱਲੀਏ ਫੇ। ਪਹਿਲਾਂ ਪਤਾ ਕਰ ਲਈਏ ਕਿੰਨੇ ਦੀ, ਐਂ ਨਾ ਹੋਵੇ ਸਾਲੀ 4-5 ਹਜ਼ਾਰ ਰੁਪਏ ਦੀ ਹੋਵੇ, 1,000-1,200 ਰੁਪਏ ਦੀ ਤਾਂ ਲੈ ਲੂੰਗਾ, 2,000 ਰੁਪਏ ਤੱਕ ਲੀਡ ਲੈਣੀ ਲੀਡ। ਹਾਂ ਗੱਡੀ ਚਲਾਉਣੀ ਸਪੈਸ਼ਲ, ਇਹਦੀ ਬਹੁਤ ਲੋੜ ਸੀ ਸੈਵੀ ਆਪਾਂ ਨੂੰ, ਗੱਡੀ 'ਚ ਘੁੰਮਣਾ ਹੁੰਦਾ ਸੀ ਤੇ ਫਿਰ ਚਾਰਜਰ ਨਹੀਂ ਮਿਲਦਾ ਸੀ, ਚਾਈਨਾ ਵਾਲਾ ਦਿਲ ਨਹੀਂ ਕਰਦਾ ਸੀ ਲਾਉਣ ਨੂੰ, ਅਤੇ ਮੈਂ ਕਿਹਾ ਹੁਣ ਆ ਹੀ ਲੈ ਲਈਏ। ਲਓ ਮਿੱਤਰੋ, ਇੱਕ ਲੈਣ ਆਏ ਸੀ ਡਾਟਾ ਕੇਬਲ ਜੀ, ਅਤੇ ਇੱਧਰ ਪਲੈਨ ਬਣ ਗਿਆ ਏਅਰਪੋਰਟ ਲੈਣ ਦਾ, ਇਹ ਧੱਕੇ ਨਾਲ ਜਿਹੜੇ ਬੰਦੇ ਆ ਲਿਆਉਂਦੇ ਨਾ ਨਾਲ, ਇਹ ਕੀੜਾ ਠਾ ਦਿੰਦਾ, ਥੈਂਕ ਯੂ ਭਾਅ ਜੀ, ਅਤੇ ਕੀੜਾ ਠਾ ਦਿੰਦੇ ਆ। ਹੈਂ ਕਿਸ਼ਤਾਂ ਹੀ ਕਰਾਉਣੀਆਂ, ਮੈਂ ਤਾਂ ਜੋ ਮਰਜ਼ੀ ਲੈ ਲਾ, ਹੋ ਗਈਆਂ ਬਾਈ ਦੇਖੋ ਖਰਚੇ ਤੇ ਖਰਚਾ। ਹਾਂਜੀ ਭਾਅ ਜੀ, ਤੁਸੀਂ ਵੀ ਕੁਛ ਲੈਣਾ ਹੋਵੇ? ਮੈਂ ਫਾਹਾ ਫਾਹਾ ਲੈ ਆਵੇ, ਚੱਲ ਪਾਰਟੀ ਹੋ ਗਈ ਬ੍ਰੋ। ਲਓ ਵੀ ਬਾਬਿਓ ਖਰਚਾ ਹੋ ਗਿਆ, ਉੱਦਾਂ ਇੱਕ ਗੇੜਾ ਜਿਹਾ ਮਾਰਨ ਆਇਆ ਸੀ ਤੁਹਾਡਾ ਭਰਾ, ਤੇ 30,000 ਰੁਪਏ ਦਾ ਖਰਚਾ ਹੋ ਗਿਆ ਆ ਕੇ, ਕਾਹਦੀ ਪਾਰਟੀ ਬਾਬਾ, ਕਿਰਾਈਆਂ ਦਾ ਕਿਸ਼ਤਾਂ ਹੀ ਆ, ਜੋ ਮਰਜ਼ੀ ਕਰ ਲਓ। ਚੱਲ ਕਿਸ਼ਤਾਂ ਤੇ ਚੀਜ਼ ਬਣ ਜੂ, ਇੱਕ ਹੈਡਫੋਨ ਚੈੱਕ ਕਰੋ, ਹੋ ਗਿਆ, ਕਿਆ ਬਾਤ ਹੈ। ਬਾਪੂ ਤੇਰੇ ਪੁੱਤ ਦੀ ਚੜ੍ਹਾਈ ਦੇਖ ਲੈ, ਏਰੀਏ 'ਚ ਅੱਗ ਕਹਿੰਦੇ ਲਾਈ ਦੇਖ ਲੈ, ਕਿੱਦਾਂ ਮੇਲਾ ਇਕੱਠਾ ਕੀਤਾ ਇਹਨਾਂ ਨੇ, ਓ ਮਾਈ ਗਾਡ। ਹਾਂਜੀ ਸੈਵੀ ਚਾਚਾ, ਚੱਕੋ ਪਰੋੜਾ, ਚੱਕ ਲਓ ਫਿਰ ਪਰੋਠੇ ਨੂੰ। ਹਾਂਜੀ ਓਕੇ, ਕਰ ਦੋ ਚੰਗਾ, ਓਕੇ ਓਕੇ ਬਾਈ ਓਕੇ। ਲਓ ਵੀ ਮਿੱਤਰੋ, ਖਰਚਾ ਹੁਣ ਮੈਂ ਤੁਹਾਨੂੰ ਦੱਸਦਾ, ਚੰਡੀਗੜ੍ਹ ਘੁੰਮਦਾ ਸੀ, ਪਹਿਲਾਂ ਇੱਕ ਡਾਟਾ ਕੇਬਲ ਲਈ 2,000 ਰੁਪਏ ਦੀ ਡਾਟਾ ਕੇਬਲ ਆ ਗਈ, 25,000 ਰੁਪਏ ਦੇ ਹੈੱਡਫੋਨ ਆ ਜਿਹੜੇ ਕੰਨ ਨੂੰ ਲਾਇਆ, ਜਦੋਂ ਪਤਾ ਹੋਵੇ ਨਾ, ਜਦੋਂ ਬੰਦੇ ਦੀ ਕਿਸਮਤ ਮਾੜੀ ਹੋਵੇ, ਹਲੇ ਮੈਂ ਲਾਂਟੇ 'ਚੋਂ ਬਾਹਰ ਨਿਕਲਿਆ, ਨਾਲ ਹੀ ਕਹਿੰਦੇ ਚਲਾਨ ਆ ਜੀ, 5,000 ਰੁਪਏ ਦਾ ਟਾਇਰ ਗੱਡੀ ਦੇ ਬਾਹਰ ਆ ਅਤੇ ਚਲਾਨ ਕਰਨਾ,
ਤੇ ਮੈਂ ਉਹਨਾਂ ਦੀ ਮਿਹਨਤ ਮੁਹਨਤ ਕੀਤੀ, ਮੈਂ ਕਿਹਾ ਹੁਣ ਐਂ ਨਾ ਕਰੋ, ਪਹਿਲਾਂ 200 ਰੁਪਏ ਦੀ ਉੱਥੇ ਮੇਰੀ ਪਰਚੀ ਗੁੰਮ ਗਈ ਪਾਰਕਿੰਗ ਦੇ ਵਿੱਚ, ਮੈਂ ਪਾਰਕਿੰਗ ਲਾਈ ਗੱਡੀ, ਉਹ ਪਰਚੀ ਮੈਂ ਸੁੱਟ ਦੀ ਕਿਤੇ 200 ਰੁਪਏ ਉਹਨਾਂ ਨੂੰ ਦਿੱਤਾ, ਜਦਕਿ 30-40 ਰੁਪਏ ਉਹਨਾਂ ਦੇ ਬਣਦੇ ਸੀਗੇ। ਇਹ ਕਿਸਮਤ ਜਦੋਂ ਮਾੜੀ ਹੋਵੇ ਇੱਦਾਂ ਹੀ ਹੁੰਦਾ। ਹੁਣ ਮੈਂ ਸੈਵੀ ਨੂੰ ਪੁਲਿਸ ਵਾਲਿਆਂ ਕੋਲ ਖੜਾ ਕੇ ਆਇਆ, ਕਹਿੰਦਾ ਤੂੰ ਐਂ ਕਰ 1000 ਰੁਪਇਆ ਦੇ ਦੇ, ਪੁਲਿਸ ਵਾਲਾ ਕਹਿੰਦਾ ਮੈਨੂੰ ਛੱਡ ਦਿੰਦਾ। ਕੀ ਆ ਤੁਹਾਡਾ ਭਰਾ SBI ਬੈਂਕ ਚੋਂ ਪੈਸੇ ਕਢਾਉਣ ਆਇਆ, ਹੁਣ ਸਪੈਸ਼ਲ 1000 ਰੁਪਇਆ ਦੇਣਾ ਇਹਨਾਂ ਨੂੰ? ਗਲਤ ਗੱਲ ਹੈ, ਗਲਤ ਗੱਲਾਂ ਭਾਜੀ। ਮੈਂ ਜਦੋਂ ਦੱਸ 5000 ਦਾ ਕਿਹੜਾ ਚਲਾਨ ਹੁੰਦਾ, ਪਹਿਲਾਂ ਮੈਨੂੰ ਐਂ ਦੱਸੋ ਕਿ ਟਾਇਰ ਬਾਰ ਆ ਜੀ 5000, ਕਿੰਨੇ ਕੁ ਟਾਇਰ ਬਾਰ ਆ, ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨੇ ਕੁ ਟਾਇਰ ਬਾਰ ਆ। 17 ਇੰਚ ਗੱਡੀ ਨੂੰ ਆਉਂਦਾ ਆ, 16 ਆਉਂਦਾ ਆ, 17 ਪੋਇਆ, ਇੰਨਾ ਕੁ ਟਾਇਰ ਬਾਰ ਨਹੀਂ ਹੋਣਾ, ਅਸੀਂ ਤਾਂ ਦੇ ਦਿੰਦੇ ਆ, ਸਾਡਾ ਕੁਛ ਨਹੀਂ ਜਾਣਾ, ਮੈਂ ਤਾਂ 1000 ਫੇਰ ਕਮਾ ਹੀ ਲੈਣਾ ਇਧਰੋਂ ਉਧਰੋਂ। ਕਿੱਡੇ ਆ ਦੇਖ ਲਓ ਕਿੰਨੇ ਕੁ ਟਾਇਰ ਬਾਰ ਆ, ਜੇ ਤੁਹਾਨੂੰ ਦੇਖਦੇ ਹੋ ਨਾਲ ਲਓ ਦੇਖ ਲਓ ਕਿੰਨੇ ਕੁ ਟਾਇਰ ਬਾਰ ਆ। ਬਸ ਉੱਦਾਂ ਹੀ ਕਿ ਮੁੰਡੇ ਖੁੰਡੇ ਦੇਖੇ ਨਹੀਂ, ਤੇ ਬਸ ਕੀ ਕਰ ਦਈਏ ਇਹਨਾਂ ਨੂੰ, ਕਿ 5000 ਰੁਪਏ ਦਾ ਚਲਾਨ, ਕੀ ਕਿਤੇ 500-1000 ਰੁਪਏ ਦੇ ਕੇ ਹੀ ਜਾਣਗੇ ਜੇ 5000 ਕਮਾਂਗੇ। ਚਲਾਨ ਹੈ ਹੀ ਨਹੀਂ ਚਾਹੀਦਾ ਕਿਸੇ ਤੇ। ਆ ਦੇਖ ਲਓ ਬਾਈ, 1000 ਰੁਪਏ ਦੇ ਆਇਆ। ਚਲੋ ਕੀ ਕਹਿ ਸਕਦੇ, 10 ਗੱਡੀਆਂ ਰੁਕੇ ਸੀ 10000। ਨਹੀਂ ਯਾਰ ਪਤਾ ਕੀ ਆ, ਚਾਹੇ 500 ਲੈ ਦਿੰਦੇ ਚੱਲ, ਮੈਂ ਕਹਿ ਤਾਂ ਰਿਹਾ 2-400 ਚੱਲ ਦੇ, ਕਹਿੰਦਾ 5000 ਹੈ, ਕਹਿੰਦਾ ਜੋ ਤੁਹਾਡਾ ਜੀ ਕਰਦਾ ਸਾਡਾ ਰਾਸ਼ਨ ਖਰੀਦਿਆ ਤੇਰੇ ਤੋਂ, ਜੋ ਤੁਹਾਡਾ ਜੀ ਕਰਦਾ। ਚਲੋ ਕੋਈ ਨਾ ਯਾਰ, ਅੱਜ ਦਾ ਦਿਨ ਹੀ ਖਰਾਬ ਸੀ ਸਾਲਿਓ। ਲੈਣ ਮੈਂ ਡਾਟਾ ਕੇਬਲ ਵੀ ਨਹੀਂ ਲੈਣ ਗਿਆ, ਗਿਆ ਗੱਡੀ ਦੀ ਕੋਟਿੰਗ ਕਰਾਉਣ ਸੀਗਾ, ਤੇ ਟਾਇਰ ਕਿੰਨਾ ਕੁ ਬਾਹਰ ਆ ਭਾਜੀ, ਟਾਇਰ ਤਾਂ ਬਾਹਰ ਹੀ ਹੈ ਨੀ, ਬਸ ਉਦਾਂ ਹੀ ਪੈਸੇ ਖਾਣ ਦੀ ਉਹ ਆ ਕਿ ਪੈਸੇ ਖਾਣੇ ਆ, ਕੋਈ ਚੱਕਰ ਨੀ ਹੈਗਾ ਆਪਾਂ ਨੂੰ, ਠੀਕ ਆ ਕੰਮ ਹੀ ਅਗਲਿਆਂ ਦਾ, ਪਰ ਇਹ ਸਾਲਾ ਨਜਾਇਜ਼ ਦਾ ਕੰਮ ਆ, ਇਹ ਕੋਈ ਇਹਨਾਂ ਦਾ ਕੰਮ ਵਧੀਆ ਨਹੀਂ ਹੈਗਾ ਕਿ ਪੈਸੇ ਖਾਣੇ ਆ। ਸਾਲਾ ਇਦਾਂ ਦਾ ਤਨਖਾਹਾਂ ਲੈਣੀਆਂ ਅਲੱਗ, ਇਦਾਂ ਦੇ ਖਰਚੇ ਕੱਢਣੇ ਅਲੱਗ। ਲੋ ਬਈ ਖਰਚੇ ਦੀ ਗੱਲ ਕਰੀਏ ਤਾਂ ਵੀ ਖਰਚਾ ਜ਼ਰੂਰੀ ਸੀਗਾ ਕਵਰ ਲੈਣਾ, ਇਹ ਜ਼ਿਆਦਾ ਖਰਚਾ ਨਹੀਂ, ਇਹ ਖਰਚਾ ਨਹੀਂ ਚੁੱਭਦਾ, 100-150 ਰੁਪਏ ਜਿਹੜਾ ਪੁਲਿਸ ਵਾਲਾ ਖਰਚਾ ਚੁੱਭ ਗਿਆ ਨਾ, ਹੋਏ ਹੋਏ ਉਹ ਨਜਾਇਜ਼ ਸਾਲੀ ਸਿੱਧਾ ਇੱਥੇ ਹੋਇਆ, ਇਦਾਂ ਕੁਝ ਖਾ ਪੀ ਲੈਂਦੇ ਫਿਰ ਨਹੀਂ ਸੀ ਹੋਣਾ। ਸਹੀ ਗੱਲ ਆ ਬਾਈ, ਉਹ ਨਜਾਇਜ਼ ਖਰਚਾ ਆ। ਚਲੋ ਕੋਈ ਚੱਕਰ ਨੀ ਬਾਈ, ਤੇ ਹੁਣ ਆਪਾਂ ਮੋਹਾਲੀ ਪਹੁੰਚ ਗਏ ਵਾਪਸ, ਇੱਥੇ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਇੱਥੇ ਪੰਜਾਬ ਪੁਲਿਸ ਸਮਝਦਾਰ ਆ ਥੋੜੀ ਜੀ, ਪੰਜਾਬ ਪੁਲਿਸ ਨੂੰ ਪਤਾ ਆ ਕਿ ਏਡੇ ਟਾਇਰਾਂ ਦਾ ਕੋਈ ਚੱਕਰ ਨਹੀਂ ਹੁੰਦਾ। ਚੰਡੀਗੜ੍ਹ ਪੁਲਿਸ ਵਾਲੇ ਨਾ, ਚੰਡੀਗੜ੍ਹ ਪੁਲਿਸ ਵਾਲੇ ਆਪਣੇ ਥੋੜ੍ਹਾ ਜਿਹਾ ਰੋਹ ਮਾਰਦੇ ਹੁੰਦੇ ਆ, ਹੈ ਪਰ ਰੋਹ ਇੰਨਾ ਵੀ ਨਹੀਂ ਜਾਣ। ਤੁਸੀਂ ਮੇਰੀ ਕੋਈ ਵੀ ਜਿਹਨੂੰ ਕਿਸੇ ਨੂੰ ਪਤਾ ਹੋਵੇ ਮੇਰੀ ਗੱਡੀ, ਜਿਹਨਾਂ ਨੇ ਦੇਖੀ ਆ ਕਿ ਕਿੰਨਾ ਕੁ ਟਾਇਰ ਬਾਹਰ ਆ, ਇੰਨਾ ਕੁ ਇੰਚ ਟਾਇਰ ਬਾਹਰ ਨਹੀਂ ਹੋਊਗਾ ਗੱਡੀ ਦਾ, ਬਸ ਉੱਦਾਂ ਹੀ ਪੈਸੇ ਖਾਉਣ ਦੀ ਆਦਤ ਆ, ਉਹ ਉਹਨਾਂ ਨੇ ਖਾ ਲਏ ਆ, ਪਰ ਕੋਈ ਚੱਕਰ ਨਹੀਂ। ਇਹੀ ਸੋਚਾਂਗੇ ਕੋਈ ਅੱਜ ਵਧੀਆ ਡਿਨਰ ਕੀਤਾ ਰਾਤ ਬਹਿ ਗਏ ਆਪਾਂ। ਲਓ ਵੀ ਮਿੱਤਰੋ, ਚਲੋ ਹੁਣ ਆ ਵੀ ਖਰਚੇ ਜਿਹੜੇ ਜ਼ਰੂਰੀ ਆ, ਸ਼ਰਧਾਈ ਵੀ ਲਈਏ, ਛੋਟਾ ਗਲਾਸ ਲਵਾ ਲਈਏ ਇੱਕ, ਕਿਉਂਕਿ ਸਵੇਰ ਦਾ ਕੁਛ ਖਾਧਾ ਨਹੀਂ ਹੈਗਾ, ਥੋੜ੍ਹੀ ਜਿਹੀ ਟੈਨਸ਼ਨ ਪੁਲਿਸ ਵਾਲਿਆਂ ਨੇ ਪਾਤੀ ਸੀਗੀ, ਤਾਂ ਨਹੀਂ ਰੋਟੀ ਅੰਦਰ ਲੰਘੀ ਮੇਰੇ। ਸ਼ਰਧਾਈ ਵੀ ਕਰੀ ਔਰ ਟਾਈਮ ਸਾਰੀ ਹੈ। ਲਓ ਜੀ ਮਿੱਤਰੋ, ਤੇ ਕਹਿੰਦੇ ਅੱਜ ਮੋਟਾ ਖਰਚਾ ਕਰਾ ਕੇ, ਚਲਾਨ ਕਰਾ ਕੇ ਯਾਰ ਹੁਣੀ ਵੀਡੀਓ ਪਹੁੰਚ ਗਏ ਆ। ਹਵਾ ਚੱਲ ਪਈ ਬਹੁਤ ਜ਼ਿਆਦਾ, ਕਹਿੰਦੇ ਆ ਰਿਹਾ ਪਿੱਛੋਂ ਜਲੰਧਰ ਅੰਮ੍ਰਿਤਸਰ ਤੋਂ, ਫਿਰ ਜਾਂਦੇ ਕੁਛ ਖਾਧਾ ਪੀਤਾ ਨਹੀਂ ਸਾਲਾ, ਹੁਣ ਖਾਣਾ ਪੀਣਾ ਵੀ ਪੀ ਆ, ਮੇਰਾ ਤਾਂ ਦਿਲ ਨਹੀਂ ਕਰ ਰਿਹਾ, ਹੁਣ ਮੈਂ ਖਾਣ ਵਾਲੇ ਪੈਸੇ ਵੀ ਲਵਾਂ, ਮੈਂ ਕਹਿੰਦਾ ਅੱਜ ਦਾ ਦਿਨ ਭੁੱਖਾ ਰਹਿ ਗਿਆ, ਅਤੇ ਬਾਕੀ ਦੇਖਦੇ ਹਾਂ ਜੇ ਚਾਹ ਚੂਹ ਪੀਂਦੇ ਹਾਂ, ਕੁਛ ਖਾਂਦੇ ਪੀਂਦੇ ਹਾਂ, ਥੋੜ੍ਹਾ ਬਹੁਤਾ ਮਾੜਾ ਮੋਟਾ ਖਾ ਪੀ ਸਕਦੇ ਹਾਂ ਜਿੱਥੇ 50-100 ਰੁਪਏ ਦਾ, ਕਿਉਂਕਿ ਹੁਣ ਇੰਨਾ 50-100 ਰੁਪਏ ਜਿੱਥੇ ਇੰਨੇ ਹੀ ਲੱਗੇ ਸਾਲਾ, 50-100 ਰੁਪਇਆ ਫਿਰ ਕਿੱਡੀ ਕੁ ਗੱਲ ਆ। ਅਤੇ ਬਾਕੀ ਚਲੋ ਹੁਣ ਚਲੀਏ ਫਿਰ, ਤੂੰ ਕੀ ਲੱਭੀ ਜਾਂਦਾ, ਤੂੰ ਚਿੜੀ ਦਾ ਕੀ ਕਰਨਾ, ਆਂਡਾ ਤੈਨੂੰ ਮੈਂ ਆਪਣਾ ਖਵਾ ਦਿੰਦਾ। ਚੱਲ ਲਓ ਜੀ ਹੁਣ ਬੈਠੀਏ,
ਤੇ ਸੈਵੀ ਜੀ ਚਲਾਉਣਗੇ ਗੱਡੀ, ਬਹਿ ਪਿੱਛੇ ਮੇਰਾ ਭਰਾ ਮੜਾ ਜਿਹਾ ਵਲੋਗ ਬਣਾਵਾਂਗਾ। ਲਓ ਜੀ ਮਿੱਤਰੋ, ਘੁੰਮਦੇ ਘੁੰਮਾਉਂਦੇ ਪਹੁੰਚ ਚੁੱਕੇ ਹਾਂ ਆਪਾਂ ਅਠਾਸੀ। ਅਠਾਸੀ ਕਿਉਂ ਪਹੁੰਚੇ? ਕਿਉਂਕਿ ਆਪਾਂ ਖਾਣੀ ਹੈ ਰੋਟੀ, ਭੁੱਖ ਬਹੁਤ ਲੱਗੀ। ਸ਼ਾਮ ਦੇ 6:30 ਵੱਜ ਗਏ ਆ, ਮੌਸਮ ਖਰਾਬ ਹੋ ਗਿਆ ਅਤੇ ਸਵੇਰ ਦਾ ਕੁਛ ਨਹੀਂ ਖਾਧਾ ਤੁਹਾਡੇ ਭਰਾ ਨੇ, ਅਤੇ ਤਿੰਨਾਂ ਨੇ ਨਹੀਂ ਖਾਧਾ ਭਰਾ ਤੁਹਾਡੇ ਨੇ ਕੀ, ਅਤੇ ਹੁਣ ਰੋਟੀ ਖਾ ਲਈਏ ਅਤੇ ਕਿਤੇ ਦੇਖਦੇ ਹਾਂ ਜੇ ਕਿਤੇ ਪਲੈਨ ਬਣਦਾ ਜਾਣ ਦਾ ਤਾਂ ਠੀਕ ਆ, ਨਹੀਂ ਤਾਂ ਫਿਰ ਅੱਜ ਮਾੜੀ ਤਾਂ ਤੁਹਾਡੇ ਭਰਾ ਨਾਲ ਹੋ ਹੀ ਗਈ ਆ। ਮਾੜੀ ਤਾਂ ਕੋਈ ਨਹੀਂ, ਨਿਕਲ ਜਾਣੀ ਉਹਦੀ। ਅੱਜ ਮਾੜੀ ਹੋਈ ਤੇ ਰੱਬ ਮੀਂਹ ਪਾਉਣ ਲੱਗਾ, ਨਹੀਂ ਹੈ ਰੱਬ ਵੀ ਪਾਉਣ ਲੱਗਾ ਕਿ ਗਲਤ ਗੱਲ ਹੋਈ ਹੁੰਦੇ ਆ। ਕਹਿੰਦਾ ਫਿਰ ਤੇ ਤਰਸ ਖਾ ਕੇ ਕਿਸੇ ਨੇ ਹਜ਼ਾਰ ਰੁਪਿਆ ਦੇਣਾ ਕਿ ਬਾਬਾ ਤੂੰ ਬੜਾ ਰੋ ਰਿਹਾ। ਰੋਣ ਦੀ ਗੱਲ ਨੀ ਜਾਣ, ਲੈ 5,000 ਵੀ ਲੈਂਦਾ ਜੀ ਆਪਣੀ ਗੱਡੀ ਬਾਲੀ ਓਵਰ ਹੁੰਦੀ, ਆਪਾਂ ਨੂੰ ਵੀ ਪਤਾ ਹੁੰਦਾ ਕਿ ਹਾਂ ਆਪਣੀ ਸਵਿਫਟ ਹੁੰਦੀ ਤਾਂ ਮੰਨਦੇ ਵੀ ਹਾਂ ਕਿ 5,000 ਲਿਆ ਉਹਨੇ ਜਾਂ 1,000 ਲਿਆ, ਫਿਰ ਵੀ ਆਪਾਂ ਕਹਿੰਦੇ। ਪਰ ਇਹ ਸਾਲਾ ਉਹ ਨੀ, ਆਹ ਦੇਖੋ ਇੱਧਰੋਂ ਆਹ ਗੱਡੀ ਖੜੀ, ਕਿੱਡਾ ਕੁ ਟਾਇਰ ਬਾਹਰ ਆ ਦੱਸੋ, ਕਿੰਨਾ ਕੁ ਟਾਇਰ ਬਾਹਰ ਆ। ਹਲੋ ਅਮਿਤਾਬ ਬੱਚਨ ਆਉਣ ਵਾਲਾ ਹੋ ਗਿਆ ਵੇ, ਤੂਫਾਨ ਆ ਗਿਆ ਬਾਬੇ ਸੋਨੇ ਦੇ ਵੇਖੋ ਢਕੋਲਾ, ਮਤਲਬ ਸਾਰਾ ਅਮਿਤਾਬ ਬੱਚਨ ਚੋਰ ਆ ਉਹਦੇ ਨਾਲ ਦਾ ਤਾਂ ਸੀਗਾ। ਉਹ ਵੀ ਮਿੱਤਰੋ ਇੱਕ ਖਰਚਾ ਹੋਰ ਆ ਗਿਆ, ਕਹਿੰਦੇ ਕੇਬਲ ਲੈ ਲਈ ਗੱਡੀ ਚਲਾਉਣ ਵਾਸਤੇ, ਪਰ ਆਹ ਚੀਜ਼ ਤਾਂ ਜ਼ਰੂਰੀ ਚਾਹੀਦੀ ਸੀ ਕਿਉਂਕਿ ਇਹ ਤੋਂ ਬਿਨਾਂ ਕੇਬਲ ਲੱਗਣੀ ਨਹੀਂ ਸੀ ਟਾਈਪ, ਅਤੇ ਇਹ ਵੀ ਲੈਣਾ ਪਿਆ, 5,500-6,000 ਰੁਪਏ ਦੀ ਆਈਟਮ ਇਹ ਲੈ ਲਈ। ਹਾਏ ਓਏ ਅੱਲਾ ਕਿਆ ਕਰਾਂ, ਤੇਰਾ ਬੋਲਣਾ ਜ਼ਰੂਰੀ ਹੈ ਭਾਜੀ। ਹੈ ਠੀਕ ਹੈ, ਕਿਆ ਬਾਤ ਹੈ, ਮੀਂਹ ਪੈਣਾ ਚਾਹੀਦਾ, ਭਾਵੇਂ 500-700 ਦਾ ਖਰਚਾ ਹੋਰ ਹੋ ਜਾਵੇ, ਪੰਜਾਬ ਚ ਠੰਡ ਹੋਣੀ ਚਾਹੀਦੀ। ਗੱਲ ਕਿੱਥੋਂ ਦੀ ਕਿੱਥੇ ਲੈ ਗਿਆ ਬਾਬੇ, ਉਹ ਮੀਂਹ ਪੈ ਗਿਆ, ਤੂਫਾਨ ਚੱਲ ਪਿਆ, ਸਭ ਨੂੰ ਭੱਜੜਾ ਪੈ ਗਿਆ, ਸਭ ਇੱਧਰ ਉੱਧਰ ਭੱਜਣ ਲੱਗੇ ਹੋਏ ਆ। ਮਾਹੌਲ ਵਧੀਆ ਹੋ ਗਿਆ ਆ ਪ੍ਰੋਗਰਾਮ ਬਣਾਉਣ ਵਾਲਾ ਰਾਤ ਨੂੰ, ਪਰ ਕੀ ਕਰਾਂ ਬੰਦੇ ਮੇਰੇ ਨਾਲ ਸਾਰੇ ਸੋਫੀ ਰਹਿੰਦੇ ਆ, ਮੈਂ ਵੀ ਸੋਫੀ ਬਣ ਜਾਂਦਾ ਫਿਰ ਇਹਨਾਂ ਦੇ ਨਾਲ ਕਦੀ ਕਦੀ। ਤੇ ਮੈਨੂੰ ਇਸ ਵਲੌਗ ਦੇ ਥੱਲੇ ਮਿੱਤਰੋ ਸਾਰੇ ਦੱਸਿਓ ਕਿਹੜੇ ਕਿਹੜੇ ਸ਼ਹਿਰਾਂ 'ਚ ਮੀਂਹ ਪੈ ਰਿਹਾ ਜਿੱਥੋਂ ਜਿੱਥੋਂ ਤੁਸੀਂ ਵਲੌਗ ਦੇਖਦੇ ਆ, ਕਿਉਂਕਿ ਇੱਥੇ ਤਾਂ ਰੌਣਕ ਮੇਲਾ ਹੋ ਗਿਆ ਪੂਰਾ, ਮੀਂਹ 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 ਮੀਂਹ। ਮਾਛੀਵਾੜੇ ਪੈ ਰਿਹਾ, ਤੈਨੂੰ ਬਹੁਤ ਪਤਾ, ਤੈਨੂੰ ਇਹ ਵੀ ਪਤਾ ਹੋਣਾ ਪਠਾਨਕੋਟ ਪਿਆ ਕੇ ਨਹੀਂ। ਪਠਾਨਕੋਟ ਵੀ ਪੈ ਰਿਹਾ ਹੋਣਾ, ਆਈ ਥਿੰਕ ਸੋ, ਆਈ ਥਿੰਕ ਸੋ। ਪਹਿਲਾਂ ਤਾਂ ਇਹ ਪਠਾਨਕੋਟ ਦਾ ਨਾਮ ਲਿਆ। ਲੋ ਮਿੱਤਰੋ ਭੁੱਲਰ ਦੇ ਫਲੈਟ ਆ ਗਏ ਤੇ ਗੇਮ ਦਵਾਲੇ ਹੋ ਗਏ ਆ, ਰਾਤ ਹੋ ਗਈ ਬਹੁਤ ਜ਼ਿਆਦਾ, ਤੇ ਕਲਪੇ ਪਏ ਆ, ਭਾਜੀ ਕੁੱਟ ਖਾਈ ਜਾਂਦੇ ਆ ਆ ਭਾਜੀ ਤੋਂ। ਤੇ ਹੁਣ ਆਪਾਂ ਕਰੀਏ, ਮੈਂ ਸੀਗਾ ਭਾਜੀ, ਹੋਰ ਕੌਣ ਸੀ, ਮੈਂ ਹੀ ਜਿੱਤ ਜਾਂਦਾ ਹਰ ਪਾਸੇ। ਤੇ ਲੋ ਮਿੱਤਰੋ ਗੁੱਡ ਨਾਈਟ ਕਰੀਏ, ਮੈਂ 5-0 ਨਾਲ ਹਾਰਿਆ ਏ, ਉਹ ਬਸ ਕਰਿਆ ਕਰ ਯਾਰ, 5-0 ਐਦਾਂ ਲੋਕਾਂ ਨੂੰ ਨਹੀਂ ਪਤਾ, 5-0 ਪਤਾ ਕਿੰਨੇ ਹੁੰਦੇ ਆ, ਕਿੰਨੇ ਹੁੰਦੇ ਆ, 5-0 ਓਕੇ ਠੀਕ ਆ 5-0। ਤੇ ਲੋ ਮਿੱਤਰੋ ਵਲੌਗ ਕਰੀਏ ਖਤਮ, ਤੇ ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆ, ਤੇ ਮਿਲਦੇ ਹਾਂ ਕੋਈ ਨਵੇਂ ਵਲੌਗ ਨਾਲ, ਫਿਰ ਕੋਈ ਨੁਕਸਾਨ ਕਰਾਈਏ।